ਸ਼੍ਰੀ ਅਮਰਨਾਥ ਜੀ ਦੀ ਯਾਤਰਾ ਪੂਰੀ ਚਾਲੀ ਇਮਾਨਦਾਰੀ ਅਤੇ ਵਿਵਸਥਾ ਲਈ ਢੰਗੇ ਸਿਰ ਜਾਰੀ ਹੈ। ਜੰਮੂ ਥਮਾਂ 4627 ਸ਼ਰਧਾਲੂਆਂ ਕੀ ਲਈਏ ਇੱਕ ਹੋਰ ਜੱਥਾ ਅੱਜ ਬੜਲਾ ਘਾਟੀ ਲਈ ਰਵਾਨਾ ਕੀਤਾ ਗਿਆ ਹੈ। ਇਹ ਅੱਜ 13ਵਾਂ ਜੱਥਾ ਭਗਵਤੀ ਸ਼ਿਵਰ ਥਮਾਂ ਬੰਮ ਬੰਮ ਭੋਲੇਨਾਥ ਜੀ ਦੇ ਜੈਕਾਰੇ ਕੰਨੇ ਸਖ਼ਤ ਸੁਰੱਖਿਆ ਬੰਦੋਬਸਤ ਦੇ ਵਿੱਚ ਘਾਟੀ ਲਈ ਰਵਾਨਾ ਕੀਤਾ ਗਿਆ ਹੈ। ਲੋਕੀਏ ਵੱਡੀਆਂ ਗੱਡੀਆਂ 'ਚ ਕੁੱਲ 185 ਕਾਫਲੇ 'ਚ ਸਵਾਰ 4627 ਸ਼ਰਧਾਲੂਆਂ ਦੇ ਇਸ ਜੱਥੇ 'ਚ 3422 ਮਰਦ, 1027 ਮਹਿਲਾ, 26 ਬੱਚੇ ਅਤੇ 137 ਸਾਧੂ ਅਤੇ 15 ਹੋਰ ਯਾਤਰੀ ਜਿਹੜੇ ਕਿ ਬੰਮ ਬੰਮ ਭੋਲੇ ਦੇ ਜੈਕਾਰੇ ਲਾਉਂਦੇ ਹੋਏ ਘਾਟੀ ਲਈ ਰਵਾਨਾ ਕੀਤੇ ਗਏ ਨੇ। ਇਹਦੇ 'ਚ 1854 ਸ਼ਰਧਾਲੂ ਬਾਲਟਾਲ ਅਤੇ 2773 ਸ਼ਰਧਾਲੂ ਪਹਿਲਗਾਮ ਵਾਲੇ ਆਧਾਰ ਸ਼ਿਵਰੇ ਲਈ ਰਵਾਨਾ ਹੋਏ ਨੇ, ਜਿਹੜੇ ਕਿ ਪਵਿੱਤਰ ਗੁਫਾ ਲਈ ਆਪਣੀ ਯਾਤਰਾ ਸ਼ੁਰੂ ਕਰਨ। No.